ਸਤਿ ਸ਼੍ਰੀ ਅਕਾਲ ਜੀ, ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਅੱਜ ਆਪਾਂ ਸੁਕਾ ਰਹੇ ਹਾਂ ਪੇਟੀਆਂ ਦੇ ਕੱਪੜੇ। ਸਾਰੇ ਸਿਆਲਾਂ ਵਾਲੇ ਕੱਪੜੇ ਇਹਨਾਂ ਨੂੰ ਆਪਾਂ ਧੁੱਪ ਲਵਾ ਕੇ ਫਿਰ ਸਾਂਭ ਕੇ ਰੱਖ ਦਾਂਗੇ, ਕਿਉਂਕਿ ਬਰਸਾਤ ਤੋਂ ਬਾਅਦ 'ਚ ਇਹਨਾਂ 'ਚੋਂ ਸਮੈਲ ਜੀ ਆਉਣ ਲੱਗ ਜਾਂਦੀ ਆ। ਅਤੇ ਇੱਧਰ ਜੀ ਪੱਲੀ ਵਿਛਾ ਕੇ ਆਪਾਂ ਪਾਤੀਆਂ ਖੇਸੀਆਂ, ਦਰੀਆਂ, ਬਿਸਤਰੇ ਵਗੈਰਾ ਸੁੱਕਣੇ, ਅਤੇ ਰਜਾਈਆਂ ਵਗੈਰਾ ਮੈਂ ਕੱਲ੍ਹ ਸੁਕਾ ਲਈਆਂ ਸੀ, ਅੱਜ ਆਪਾਂ ਦਰੀਆਂ ਵਗੈਰਾ ਸੁੱਕੀਆਂ ਪਾਈਆਂ ਨੇ। ਇਹਨਾਂ ਦੀ ਦਰੀਆਂ ਦੀ ਮੈਂ ਪ੍ਰੋਪਰ ਖੋਲ੍ਹ ਕੇ ਚੰਗੀ ਤਰ੍ਹਾਂ ਪਿਛਲੇ ਸਾਲ ਵੀਡੀਓ 'ਚ ਦਿਖਾਈਆਂ ਸੀ ਮੈਂ ਤੁਹਾਨੂੰ ਇਹਨਾਂ ਦੇ ਡਿਜ਼ਾਈਨ। ਸੋ ਸਾਰੀਆਂ ਦਰੀਆਂ ਘਰ ਦੀਆਂ ਬਣਾਈਆਂ ਹੋਈਆਂ ਨੇ। ਮੈਂ ਪਿਛਲੇ ਸਾਲ ਵੀਡੀਓ ਅਪਲੋਡ ਕੀਤੀ ਸੀ, ਚੰਗੀ ਤਰ੍ਹਾਂ ਖੋਲ੍ਹ ਖੋਲ੍ਹ ਕੇ ਦਿਖਾਈਆਂ ਸੀ, ਤੁਸੀਂ ਚੈੱਕ ਕਰ ਸਕਦੇ ਹੋ। ਸੋ ਇੱਧਰ ਸਿਰਹਾਣੇ ਵਗੈਰਾ ਚੰਗੀ ਤਰ੍ਹਾਂ ਧੁੱਪ ਲਗਾ ਕੇ ਫਿਰ ਆਪਾਂ ਇਹਨਾਂ ਨੂੰ ਪੇਟੀ 'ਚ ਸਾਂਭ ਕੇ ਰੱਖ ਦਾਂਗੇ। ਇੱਧਰ ਕੰਬਲ ਵਗੈਰਾ ਪਾਏ ਸੀ, ਇੱਥੇ ਜੀ ਕਿਆਰੀਆਂ ਨੇ ਘਰੇ ਥੋੜ੍ਹੀਆਂ ਜਿਹੀਆਂ ਬਣਾਈਆਂ ਹੋਈਆਂ ਨੇ ਥੋੜ੍ਹੀ ਜਿਹੀ ਜਗ੍ਹਾ 'ਚ। ਸੋ ਇੱਥੇ ਫੁੱਲ ਲੱਗੇ ਹੋਏ ਸੀ, ਸਦਾਬਹਾਰ ਦਾ ਪੇੜ, ਵਾਈਟ ਕਲਰ ਦੇ ਫੁੱਲ ਬਹੁਤ ਹੀ ਪਿਆਰੇ ਲੱਗ ਰਹੇ ਆ। ਅਤੇ ਨਾਲ ਹੀ ਦੁਪਹਿਰ ਖਿੜੀ ਆ, ਆ ਦੇਖੋ ਕਿੰਨੀ ਸੋਹਣੀ ਖਿੜੀ ਹੋਈ ਆ, ਬਹੁਤ ਸੋਹਣੀ ਲੱਗ ਰਹੀ ਹੈ, ਮੈਂ ਸੋਚਿਆ ਤੁਹਾਡੇ ਨਾਲ ਸ਼ੇਅਰ ਕਰਾਂ। ਇੱਥੇ ਆ ਬੈਂਗਣ ਦੇ ਪੇੜ ਲੱਗੇ ਹੋਏ ਆ, ਬਤਾਊਆਂ ਦੇ ਬੂਟੇ, ਆ ਦੇਖੋ ਜੀ ਕਿੱਡੇ ਕਿੱਡੇ ਵੱਡੇ ਹੋਏ ਪਏ ਆ। ਇਹਨਾਂ ਨੂੰ ਨਾ ਗ੍ਰੀਨ ਕਲਰ ਦੇ ਬੈਂਗਣ ਲੱਗਦੇ ਆ, ਮੈਂ ਤੁਹਾਨੂੰ ਦਿਖਾਉਂਦੀ ਹਾਂ, ਆ ਦੇਖੋ ਜੀ ਸ਼ੇਡਿੰਗ ਜੇ ਵਾਲੇ ਗ੍ਰੀਨ ਅਤੇ ਜਾਮਣੀ ਜੀ, ਬਸ ਐਵੇਂ ਜਿਹਦੇ ਕਲਰ ਰਹਿੰਦਾ ਇਹਦਾ। ਸੋ ਆਹ ਦੇਖੋ ਜੀ ਅੱਧਾ ਕਿਲੋ ਦਾ ਬੈਂਗਣ ਇੱਕੋ ਹੀ ਹੋਣਾ, ਇਸ ਤਰੀਕੇ ਨਾਲ ਗ੍ਰੀਨ ਹੀ ਰਹਿੰਦੇ ਆ। ਸੋ ਸਬਜ਼ੀ ਬਹੁਤ ਟੇਸਟੀ ਬਣਦੀ ਹੈ ਇਹਨਾਂ ਦੀ, ਵੈਸੇ ਵੀ ਕੋਈ ਵੀ ਘਰ ਦੀ ਸਬਜ਼ੀ ਹੋਵੇ ਟੇਸਟੀ ਬਣਦੀ ਆ, ਤਾਜ਼ੀ ਸਬਜ਼ੀ। ਇਸ ਤਰ੍ਹਾਂ ਦੇ ਇਹ ਗ੍ਰੀਨ ਗ੍ਰੀਨ ਕਲਰ ਦੇ ਹੀ ਰਹਿੰਦੇ ਆ, ਵੈਸੇ ਆਮ ਤੌਰ 'ਤੇ ਜਾਮਣੀ ਜਿਹੇ ਕਲਰ ਦੇ ਹੁੰਦੇ ਬੈਂਗਣ। ਅਤੇ ਆਹ ਜੀ ਮਿਰਚਾਂ ਨੇ ਬੰਗਾਲੀ, ਇਹ ਜਾਮਨੀ ਕਲਰ ਦੀਆਂ ਨੇ, ਇਹ ਬਹੁਤ ਕੌੜੀਆਂ ਮਿਰਚਾਂ ਨੇ, ਚਾਰ ਕੀ ਪੈਂਦੀਆਂ ਨੇ ਸਬਜ਼ੀ 'ਚ। ਸੋ ਇਹਨਾਂ ਦਾ ਕਲਰ ਜਾਮਨੀ ਆ, ਕੌੜੀਆਂ ਬਹੁਤ ਨੇ ਇਹ। ਇੱਧਰ ਵੀ ਨੇ ਕਾਫੀ ਮਿਰਚਾਂ, ਫੁੱਲ ਆ ਰਹੇ ਆ ਮਿਰਚਾਂ ਨੂੰ। ਸੋ ਇਸ ਤਰੀਕੇ ਨਾਲ ਛੋਟੀਆਂ ਛੋਟੀਆਂ ਹੀ ਰਹਿੰਦੀਆਂ ਨੇ ਵੱਡੀਆਂ ਨੇ, ਪਰ ਤੇਜ਼ ਬਹੁਤ ਹੈ ਮਿਰਚ, ਕੜਵਾਪਨ ਬਹੁਤ ਹੈ ਇਹ 'ਚ। ਹਾਂਜੀ ਨਿੰਬੂ ਦਾ ਬੂਟਾ ਕਾਫੀ ਵੱਡਾ ਹੋ ਗਿਆ, ਇਹਨੂੰ ਐਕਤੀ ਪਹਿਲੀ ਵਾਰ ਥੋੜ੍ਹੇ ਜਿਹੇ ਨਿੰਬੂ ਲੱਗੇ ਆ। ਹਾਂ ਦੇਖੋ ਜੀ ਚਾਰ ਕੁ ਨਿੰਬੂ ਲੱਗੇ ਆ ਇਹਨੂੰ ਐਕਤੀ ਪਹਿਲੀ ਵਾਰ, ਹੋ ਸਕਦਾ ਅਗਲੀ ਵਾਰ ਜ਼ਿਆਦਾ ਲੱਗਣ, ਕਈ ਸਾਲ ਤਾਂ ਇਹਨੂੰ ਨਿੰਬੂ ਹੀ ਨਹੀਂ ਲੱਗੇ। ਹਾਂ ਦੇਖੋ ਜੀ ਇੱਧਰ ਨੀਚੇ ਗੋਭੀ ਦੀ ਵੇੜ ਬੂਟੇ ਲਗਾਏ ਹੋਏ ਨੇ, ਅਤੇ ਬਾਕੀ ਹਜੇ ਕਿਆਰੀਆਂ ਖਾਲੀ ਨੇ, ਧਨੀਆ ਵਗੈਰਾ ਪਾਲਕ ਵਗੈਰਾ ਬੀਜਾਂਗੇ ਆਪਾਂ ਇਹ 'ਚ, ਹਜੇ ਥੋੜ੍ਹੀ ਗਰਮੀ ਜਿਹੀ ਕਰਕੇ ਨਹੀਂ ਬੀਜਿਆ। ਇੱਧਰ ਜੀ ਆ ਇੱਕ ਚੀਜ਼ ਦਿਖਾਉਂਦੀ ਹਾਂ, ਪੇੜ ਆ ਪੱਥਰ ਚੱਟ ਦਾ ਪੇੜ, ਇਹਨੂੰ ਪੱਥਰ ਚੱਟ ਕਹਿੰਦੇ ਆ, ਇਹਦੇ ਪੱਤੇ ਰਬੜ ਜੇ ਵਾਂਗੂ ਹੁੰਦੇ ਆ, ਜਿਵੇਂ ਰਬੜ ਪਲਾਂਟ ਹੁੰਦਾ ਉਸ ਤਰ੍ਹਾਂ ਦੇ ਪੱਤੇ ਹੁੰਦੇ ਆ। ਇਹ ਪੱਥਰੀ ਲਈ ਬਹੁਤ ਫਾਇਦੇਮੰਦ ਆ, ਜੇ ਪੱਥਰੀ ਹੋਵੇ ਕਿਸੇ ਦੇ, ਇਹ ਸਵੇਰੇ ਖਾਲੀ ਪੇਟ ਪੱਤਾ ਖਾਣ ਨਾਲ ਕਹਿੰਦੇ ਆ ਕਿ ਪੱਥਰੀ ਘੁਲ ਜਾਂਦੀ ਆ।
ਸੋ ਇਹਦਾ ਟੇਸਟ ਵੀ ਖੱਟਾ ਖੱਟਾ ਜਿਹਾ ਹੁੰਦਾ, ਖੱਟੇਪਨ 'ਚ। ਇੱਕ ਆ ਨਿੰਬੂ ਦਾ ਬੂਟਾ, ਇਹ ਛੋਟਾ ਜੇ। ਸੋ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਆ ਕਰੋ ਜੀ, ਕਮੈਂਟ ਵੀ ਕਰਿਆ ਕਰੋ। ਸੋ ਜੋ ਨਿਊ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ। ਆ ਜੀ ਇੱਧਰ ਥੋੜ੍ਹੀ ਜਿਹੀ ਸਰ੍ਹੋਂ ਖਿਲਾਰਤੀ ਸੀ ਮੈਂ, ਸਾਗ ਉੱਗਿਆ ਹੋਇਆ। ਵੈਸੇ ਤਾਂ ਆਪਾਂ ਬਰਸੀਨ 'ਚ ਬੀਜੀ ਦਾ ਸਾਗ ਹੈ, ਪਰ ਪਹਿਲਾਂ ਮੈਂ ਘਰੇ ਥੋੜ੍ਹੀ ਜਿਹੀ ਸਰ੍ਹੋਂ ਖਿਲਾਰਤੀ ਸੀ। ਸੋ ਕਿਸੇ ਦਿਨ ਤੋੜ ਕੇ ਬਣਾਵਾਂਗੇ। ਸੋ ਧੰਨਵਾਦ। ਪਲੀਜ਼ ਨਿਊ ਨੇ ਜਿਹੜੇ ਚੈਨਲ ਨੂੰ ਸਬਸਕ੍ਰਾਈਬ, ਕਮੈਂਟ ਕਰਿਓ, ਲਾਈਕ ਕਰਿਓ ਅਤੇ ਸ਼ੇਅਰ ਕਰਿਓ ਜੀ। ਸਤਿ ਸ਼੍ਰੀ ਅਕਾਲ ਜੀ।